मैं सुनिया भी करोड़ दो दो करोड़ का भी रोज का व्यापार होंदा सी, थोड़ा लेन देन होंदा सी। हुण फिर की मतलब मन दे विच आया भी व्यापार छड के तुसी जिहड़ा है लंगर दी सेवा कर रहे हो पिछले दो ढाई सालों तो? बंदे दे ना जीवन च कई किस्म दे उतरा चढ़ा आउंदे ने। इह फिर जिवें हुण महाराज दी बाणी च भी लिखिया है कि दुख दारू सुख रोग पिया है जी। ये महाराज ने जदों आपां नूं किसी रस्ते मोड़ना है वेखो करे करावे आपे आप, बंदे दे कुछ नहीं हथ। जिहड़ी मेरे मन की चाहत सी ना भी आह कम करना चाहीदा इस दुनिया ते आके, वह बाबे नानक ने पूरी करती। ये सेवा मैनूं मिल गई, मैं नवाई जाना। परिवारक सट्टां वज्जियां, ਜਦੋਂ ਪਰਿਵਾਰਕ ਸੱਟਾਂ ਵੱਜੀਆਂ ਤਾਂ ਮਨ ਬਦਲ ਗਿਆ, ਮਨ ਅਧਿਆਤਮਕ ਵਾਲੇ ਪਾਸੇ ਹੋ ਗਿਆ। ਇੱਧਰ ਤਾਂ ਚੇਟਕ ਲੱਗ ਗਿਆ, ਚੇਟਕ ਤਾਂ ਪਹਿਲਾਂ ਲੱਗਿਆ ਸੀ, ਫਿਰ ਹਸਪਤਾਲ ਸਾਡੇ ਨਾਲ ਬਣ ਗਿਆ, ਹਸਪਤਾਲ ਬਣ ਗਿਆ ਉਹਦੇ ਵਿੱਚ ਫਿਰ ਇਹ ਗਾਂਹ ਦੀ ਗਾਂਹ ਮਹਾਰਾਜ ਰਸਤਾ ਵਿਖਾਈ ਗਿਆ। ਇੱਥੇ ਲੋੜ ਸਮਝੀ ਲੰਗਰ ਦੀ, ਇਹ ਫਿਰ ਸਮਝਿਆ ਵੀ ਸਾਰਿਆਂ ਤੋਂ ਵੱਡਾ ਪੁੰਨ ਦਾਨ ਜਾਂ ਕਾਰਜ ਇਸ ਦੁਨੀਆਂ 'ਤੇ ਆਉਣ ਦਾ ਇਹੀ ਹੈ। ਆਪਾਂ ਲੋਕਾਂ ਦੀ ਸੇਵਾ ਕਰੀਏ। ਇੱਕ ਦੋ ਪਰਿਵਾਰ ਦੇ ਜੀ ਬੱਚੇ ਆ, ਉਹਨਾਂ ਨੂੰ ਮੈਂ ਕਹਿ ਤਾ ਵੀ ਤੁਸੀਂ ਆਪਦਾ, ਉਹ ਇੱਕ ਬੱਚੀ ਬੱਚੀ ਆ ਉਹ ਕਨੇਡਾ ਤੁਰ ਗਈ ਹੈ, ਅਤੇ ਮੈਂ ਕਿਹਾ ਵੀ ਮੈਂ ਗੁਰੂ ਘਰ ਨੂੰ ਦੇ ਦਿੱਤੀ ਸਾਰੀ ਜਗ੍ਹਾ, ਅਤੇ ਇਹ ਲੋਕਾਂ ਦੀ ਸੇਵਾ ਦੇ ਵਿੱਚ ਲਾ ਦਿੱਤੀ ਹੈ ਸਾਰਾ। ਇਹ ਜਿੰਨੀ ਪ੍ਰੋਪਰਟੀ ਹੈ ਮੇਰੀ, ਇਹ ਮੈਂ ਸਾਰੀ ਗੁਰੂ ਘਰ ਨੂੰ ਦੇ ਦਿੱਤੀ। ਇਹ ਮੈਂ ਗੁਰੂ ਘਰ ਬਣਾ ਦਿੱਤਾ, ਬੂਟਾ ਇੱਕ ਲਾ ਦਿੱਤਾ, ਉਹ ਹੁਣ ਗੁਰੂ ਘਰ ਦਾ ਸਾਰਾ ਕੁਛ ਬਣ ਗਿਆ, ਸਰਾਂ ਬਣ ਜੂਗੀ। ਅਤੇ ਆਪ ਕਿਹੜਾ ਬਹਿ ਰਹਿਣਾ, ਚਾਰ ਭਰਾ ਸੀ, ਤਿੰਨ ਤੁਰ ਕੇ ਮੈਂ ਰਹਿ ਗਿਆ। ਅਤੇ ਮੈਂ ਇਸੇ ਕਰਕੇ ਇਹ ਹੈ ਵੀ ਮੈਂ ਆਪਦੇ ਹੁੰਦੇ ਹੁੰਦੇ ਸਾਰਾ ਕੁਛ ਗੁਰੂ ਨੂੰ ਸਮਰਪਿਤ ਕਰਤਾ। ਬਾਬਾ ਜੀ, ਇੱਥੇ ਤੁਸੀਂ ਦੱਸੋ ਵੀ ਹਸਪਤਾਲ ਦੇ ਵਿੱਚ ਕੋਈ ਕੈਫੇਟੇਰੀਆ ਜਾਂ ਕੋਈ ਹੋਰ ਇੱਥੇ ਖਾਣ ਪੀਣ ਦਾ ਪ੍ਰਬੰਧ ਹੋਰ ਹੈਗਾ ਇਸ ਤੋਂ ਇਲਾਵਾ? ਇੱਕ ਜੀ ਇੱਥੇ ਅਮੂਲ ਦਾ ਖੋਖਾ ਲੱਗਾ, ਉਹ ਖੋਖਾ ਜਿੰਨਾ ਚਿਰ ਸਾਡਾ ਲੰਗਰ ਚੱਲਦਾ ਉਨਾ ਚਿਰ ਤਾਂ ਉਹਨਾਂ ਕੋਲ ਜਾਂਦਾ ਕੋਈ ਨਹੀਂ। ਹਾਂ, ਉਹਨਾਂ ਨੇ ਕਈ ਵਾਰੀ ਉਹ ਵਿਚਾਰੇ ਉਹ ਡਾਇਰੈਕਟਰ ਸਾਹਿਬ ਨੂੰ ਵੀ ਕਹਿੰਦੇ ਆ ਜੀ ਲੰਗਰ ਥੋੜ੍ਹਾ ਜਿਹਾ ਆਸੇ ਪਾਸੇ ਕਰਾ ਦਿਓ, ਅਤੇ ਸਾਡਾ ਉਹ ਕਿਰਾਇਆ ਵੀ ਨਹੀਂ ਨਿਕਲਦਾ। ਉਹ ਆਉਂਦੇ ਵੀ ਇਹ ਤਾਂ ਗੁਰੂ ਦਾ ਲੰਗਰ ਹੈ, ਆਪ ਪਾਸੇ ਆਸੇ ਹੋ ਸਕਦੇ ਹੋ, ਇਹ ਤਾਂ ਜਿੱਥਾਂ ਜਹਾਂ ਲੱਗ ਗਿਆ ਲੱਗ ਗਿਆ। ਸੇਵਕ ਕੋ ਸੇਵਾ ਬਣਿਆਈ, ਹੁਕਮ ਬੂਝ ਪਰਮ ਪਦ ਪਾਈ। ਸਤਿ ਸ਼੍ਰੀ ਅਕਾਲ, ਰਹਿਮਤ ਟੀਵੀ ਦੇ ਨਾਲ ਜੁੜਿਓ ਤੁਸੀਂ, ਮੈਂ ਹਾਂ ਆਕਾਂਕਸ਼ਾ। ਇਸ ਵੇਲੇ ਅਸੀਂ ਆਲ ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸਿਜ਼ ਯਾਨੀ ਕਿ ਏਮਸ ਦੇ ਵਿੱਚ ਮੌਜੂਦ ਹਾਂ, ਏਮਸ ਬਠਿੰਡਾ ਦੇ ਵਿੱਚ ਮੌਜੂਦ ਹਾਂ, ਜਿੱਥੇ ਕਿ ਹਰ ਰੋਜ਼ ਹਜ਼ਾਰਾਂ ਜਿਹੜੇ ਲੋਕ ਨੇ ਉਹ ਆਪਣਾ ਟ੍ਰੀਟਮੈਂਟ ਕਰਵਾਉਣ ਆਉਂਦੇ ਨੇ, ਹਜ਼ਾਰਾਂ ਮਰੀਜ਼ ਨੇ ਉਹ ਇੱਥੇ ਇਲਾਜ ਕਰਵਾਉਣ ਆਉਂਦੇ ਨੇ। ਔਰ ਇਸ ਹਸਪਤਾਲ ਦੇ ਵਿੱਚ ਇੱਕ ਅਜਿਹੇ ਇਨਸਾਨ ਨੇ ਜੋ ਬਠਿੰਡਾ ਦੇ ਉੱਗੇ ਇੰਡਸਟਰੀਲਿਸਟ ਨੇ, ਪਰ ਉਹ ਇੱਥੇ ਬੜੇ ਹੀ ਸਾਦੇ ਢੰਗ ਦੇ ਨਾਲ ਤੁਹਾਨੂੰ ਦਿਖਣਗੇ, ਔਰ ਤੁਸੀਂ ਉਹਨਾਂ ਨੂੰ ਦੇਖ ਕੇ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਕਿ ਇੰਨਾ ਸਧਾਰਨ ਇਨਸਾਨ ਇੰਨਾ ਵੱਡਾ ਇੰਡਸਟਰੀਲਿਸਟ ਹੋ ਸਕਦਾ ਹੈ। ਔਰ ਉਹਨਾਂ ਵੱਲੋਂ ਜਿਹੜਾ ਹੈ ਇੱਥੇ ਪਿਛਲੇ ਦੋ ਢਾਈ ਸਾਲ ਤੋਂ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ, ਔਰ ਲੰਗਰ ਦੇ ਨਾਲ ਨਾਲ ਦੁੱਧ ਅਤੇ ਚਾਹ ਅਤੇ ਦਲੀਏ ਦੀ ਵੀ ਸੇਵਾ ਕੀਤੀ ਜਾ ਰਹੀ ਹੈ। ਆਈ ਮੀਨ ਲੰਗਰ ਦੇ ਵਿੱਚ ਪ੍ਰਸ਼ਾਦਾ, ਸਬਜ਼ੀ, ਦਾਲ ਔਰ ਦਲੀਆ ਅਤੇ ਦੁੱਧ ਜਿਹੜਾ ਹੈ ਉਹ ਮਰੀਜ਼ਾਂ ਦੇ ਲਈ ਬਣਾਇਆ ਜਾਂਦਾ ਹੈ, ਮਰੀਜ਼ਾਂ ਦੇ ਨਾਲ ਜਿਹੜੇ ਉਹਨਾਂ ਦੇ ਅਟੈਂਡੈਂਟਸ ਆਉਂਦੇ ਨੇ ਉਹਨਾਂ ਦੇ ਲਈ ਇੱਥੇ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ। ਤਾਂ ਹਰ ਰੋਜ਼ ਸਵੇਰੇ 10:30 ਤੋਂ ਲੈ ਕੇ ਤਕਰੀਬਨ ਦੁਪਹਿਰ ਦੇ 2:30 ਤੱਕ ਇਹ ਲੰਗਰ ਚੱਲਦਾ ਹੈ। ਤਾਂ ਸਾਡੇ ਨਾਲ ਉਹ ਬਾਬਾ ਜੀ ਨੇ, ਬਾਬਾ ਸ਼ਬੀਕ ਸਿੰਘ ਕਿਹਾ ਜਾਂਦਾ ਹੈ ਔਰ ਇਹਨਾਂ ਨੂੰ ਲੰਗਰ ਬਾਬਾ ਜੀ ਵੀ ਕਹਿੰਦੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਅੰਕਲ ਤੁਹਾਡਾ? ਠੀਕ ਠੀਕ ਹੈ ਅੰਕਲ। ਇਹ ਦੱਸੋ ਵੀ 2.5 ਸਾਲ ਤੋਂ ਸੇਵਾ ਕਰ ਰਹੇ ਹੋ, ਕੀ ਦਿਮਾਗ 'ਚ ਆਇਆ? ਚੰਗੀ ਫੈਕਟਰੀ ਚੱਲਦੀ ਸੀਗੀ, ਵਧੀਆ ਵਪਾਰ ਕਰ ਰਹੇ ਸੀ, ਮੈਂ ਸੁਣਿਆ ਵੀ ਕਰੋੜ ਦੋ ਦੋ ਕਰੋੜ ਦਾ ਵੀ ਰੋਜ਼ ਦਾ ਵਪਾਰ ਹੁੰਦਾ ਸੀ, ਤੁਹਾਡਾ ਲੈਣ ਦੇਣ ਹੁੰਦਾ ਸੀ, ਤੇ
ਹੁਣ ਫਿਰ ਕੀ ਮਤਲਬ ਮਨ ਦੇ ਵਿੱਚ ਆਇਆ ਵੀ ਵਪਾਰ ਛੱਡ ਕੇ ਤੁਸੀਂ ਜਿਹੜਾ ਹੈ ਲੰਗਰ ਦੀ ਸੇਵਾ ਕਰ ਰਹੇ ਹੋ ਪਿਛਲੇ 2-2.5 ਸਾਲਾਂ ਤੋਂ? ਇਹ ਇਸੇ ਤਰ੍ਹਾਂ ਹੀ ਆ ਪੁੱਤਰ, ਵੀ ਬੰਦੇ ਦੇ ਨਾ ਜੀਵਨ 'ਚ ਕਈ ਕਿਸਮ ਦੇ ਉਤਰਾਅ ਚੜਾਅ ਆਉਂਦੇ ਨੇ। ਕਈ ਵਾਰੀ ਬੰਦੇ ਨੂੰ ਇਹ ਹੁੰਦੀ ਹੈ ਪੈਸੇ ਦੀ ਭੁੱਖ ਹੁੰਦੀ ਹੈ ਤਾਂ ਬੰਦਾ ਕੰਮ ਕਰਦਾ, ਕਾਰੋਬਾਰ ਕਰਦਾ, ਪੈਸਾ ਕਮਾਉਣ ਵਾਸਤੇ ਕਰਦਾ। ਕਈ ਵਾਰੀ ਉੱਧਰੋਂ ਤ੍ਰਿਪਤੀ ਹੋ ਜਾਂਦੀ ਹੈ ਵੀ ਪੈਸਾ ਕਮਾ ਕਮਾ ਕੇ ਵੇਖ ਲਿਆ ਵੀ ਕੋਈ ਸਕੂਨ ਨਹੀਂ, ਵੀ ਕੋਈ ਕੁਛ ਨਹੀਂ, ਉਹਦੇ 'ਚ ਕੁਛ ਹਾਸਲ ਨਹੀਂ ਹੋਇਆ। ਅਤੇ ਉਹ ਜਦੋਂ ਇਹ ਵੇਖ ਲਿਆ ਵੀ ਇਕੱਲੇ ਹੈਗੇ, ਵੀ ਚਲੋ ਹੁਣ ਆਪਾਂ ਕਈ ਪਰਿਵਾਰਕ ਸੱਟਾਂ ਵੱਜੀਆਂ, ਜਦੋਂ ਪਰਿਵਾਰਕ ਸੱਟਾਂ ਵੱਜੀਆਂ ਤਾਂ ਮਨ ਬਦਲ ਗਿਆ, ਬਸ ਮਨ ਬਦਲ ਗਿਆ, ਮਨ ਅਧਿਆਤਮਕ ਵਾਲੇ ਪਾਸੇ ਹੋ ਗਿਆ। ਇੱਧਰ ਤਾਂ ਚੇਟਕ ਲੱਗ ਗਿਆ, ਚੇਟਕ ਤਾਂ ਪਹਿਲਾਂ ਲੱਗਿਆ ਸੀ, ਫਿਰ ਹਸਪਤਾਲ ਸਾਡੇ ਨਾਲ ਬਣ ਗਿਆ, ਹਸਪਤਾਲ ਬਣ ਗਿਆ ਉਹਦੇ ਵਿੱਚ ਫਿਰ ਇਹ ਗਾਂਹ ਦੀ ਗਾਂਹ ਮਹਾਰਾਜ ਰਸਤਾ ਵਿਖਾਈ ਗਿਆ, ਇੱਥੇ ਲੋੜ ਸਮਝੀ ਲੰਗਰ ਦੀ। ਇਹ ਫਿਰ ਸਮਝਿਆ ਵੀ ਸਾਰਿਆਂ ਤੋਂ ਵੱਡਾ ਪੁੰਨ ਦਾਨ ਜਾਂ ਕਾਰਜ ਇਸ ਦੁਨੀਆਂ 'ਤੇ ਆਉਣ ਦਾ ਇਹੀ ਹੈ ਵੀ ਆਪਾਂ ਲੋਕਾਂ ਦੀ ਸੇਵਾ ਕਰੀਏ। ਪਹਿਲਾਂ ਤਾਂ ਆਪਣੇ ਆਪ 'ਚ ਸੇਵਾ ਕਰ ਲਈ, ਪੈਸਾ ਕਮਾ ਲਿਆ, ਕੁਛ ਵੀ ਹੈ, ਫਿਰ ਉੱਧਰੋਂ ਮਨ ਹਟ ਗਿਆ। ਹੁਣ ਫਿਰ ਇੱਧਰ ਇਹ ਹੋ ਗਿਆ ਵੀ ਲੋਕ ਸੇਵਾ ਕਰੀਏ, ਦੀਨ ਦੁਖੀਆਂ ਦੀ ਸੇਵਾ ਕਰੀਏ, ਕਿਉਂਕਿ ਹਸਪਤਾਲ 'ਚ ਅੱਤ ਦਰਜੇ ਦਾ ਦੁਖੀ ਬੰਦਾ ਆਉਂਦਾ, ਉਹਨੂੰ ਕੋਈ ਸੌਣ ਨੂੰ ਰਾਹਤ ਮਿਲ ਗਈ, ਉਹਨੂੰ ਕੋਈ ਲੰਗਰ ਪਾਣੀ ਦੀ ਰਾਹਤ ਮਿਲ ਗਈ, ਨਹਾਉਣ ਧੋਣ ਦੀ ਰਾਹਤ ਮਿਲ ਗਈ। ਆਪਣੀ ਜ਼ਮੀਨ ਨਾਲ ਪੈਂਦੀ ਸੀ, ਆਪਾਂ ਗੁਰੂ ਘਰ ਨੂੰ ਜ਼ਮੀਨ ਦੇ ਦਿੱਤੀ ਹੈ, ਗੁਰੂ ਘਰ ਬਣ ਗਿਆ, ਲੰਗਰ ਨਿਰੰਤਰ ਤੌਰ 'ਤੇ ਚੱਲੀ ਜਾਂਦਾ ਹੈ। ਜਿਹੜੀ ਮੇਰੇ ਮਨ ਦੀ ਚਾਹਤ ਸੀ ਨਾ ਵੀ ਆਹ ਕੰਮ ਕਰਨਾ ਚਾਹੀਦਾ ਇਸ ਦੁਨੀਆਂ 'ਤੇ ਆ ਕੇ, ਉਹ ਬਾਬੇ ਨਾਨਕ ਨੇ ਪੂਰੀ ਕਰਤੀ ਕਿ ਸੇਵਾ ਮੈਨੂੰ ਮਿਲ ਗਈ, ਮੈਂ ਨਿਭਾਈ ਜਾਂਦਾ। ਤੁਸੀਂ ਕਿਹਾ ਵੀ ਆਪਣੇ 'ਤੇ ਇਹੋ ਜਿਹਾ ਸਮਾਂ ਆਇਆ, ਜੇ ਤੁਸੀਂ ਬੁਰਾ ਨਾ ਮੰਨੋ ਕਿ ਤੁਸੀਂ ਸਾਂਝਾ ਕਰਨਾ ਚਾਹੋਗੇ, ਕਿਉਂਕਿ ਜਦੋਂ ਤੱਕ ਇਨਸਾਨ ਦੇ ਨਾਲ ਕੁਝ ਅਜਿਹਾ ਨਾ ਵਾਪਰਿਆ ਹੋਵੇ ਜਿੱਥੇ ਉਹਨੂੰ ਸੱਟ ਲੱਗੀ ਹੋਵੇ, ਉਦੋਂ ਤੱਕ ਉਹ ਚੰਗੇ ਰਾਹ 'ਤੇ ਤੁਰਦਾ ਨਹੀਂ, ਮਤਲਬ ਮਨੁੱਖਤਾ ਦੇ ਰਾਸਤੇ 'ਤੇ ਤੁਰਦਾ ਨਹੀਂ। ਤਾਂ ਤੁਹਾਡੇ ਨਾਲ ਕੀ ਅਜਿਹੀ ਘਟਨਾ ਘਟੀ ਕਿ ਤੁਸੀਂ ਜਿਹੜਾ ਹੈ ਤੁਹਾਡੇ ਮਨ ਦੇ ਵਿੱਚ ਉਹ ਗੱਲ ਸਟ੍ਰਾਈਕ ਕੀਤੀ ਕਿ ਮੈਂ ਜਿਹੜਾ ਇਸ ਸੇਵਾ ਵੱਲ ਜਾਣਾ? ਇਹ ਫਿਰ ਜਿਵੇਂ ਹੁਣ ਮਹਾਰਾਜ ਦੀ ਬਾਣੀ 'ਚ ਵੀ ਲਿਖਿਆ ਹੈ ਵੀ ਦੁੱਖ ਦਾਰੂ ਸੁੱਖ ਰੋਗ ਪਿਆ ਹੈ ਜੀ। ਇਹ ਮਹਾਰਾਜ ਨੇ ਜਦੋਂ ਆਪਾਂ ਨੂੰ ਕਿਸੇ ਰਸਤੇ ਮੋੜਨਾ ਹੈ, ਵੇਖੋ ਕਰੇ ਕਰਾਵੇ ਆਪੇ ਆਪ, ਬੰਦੇ ਦੇ ਕੁਝ ਨਹੀਂ ਹੱਥ। ਉਹ ਮੈਂ ਤਾਂ ਕਈ ਵਾਰੀ ਇਹ ਸੋਚਦਾ ਵੀ ਖਰੇ ਮਹਾਰਾਜ ਨੂੰ ਰੱਬ ਨੂੰ ਕੀ ਮਨਜ਼ੂਰ ਸੀ ਵੀ ਜਿਹੜੀਆਂ ਸਾਡੇ ਪਰਿਵਾਰ 'ਤੇ ਘਟਨਾਵਾਂ ਘਟੀਆਂ, ਅਤੇ ਪਰਿਵਾਰਕ ਮੈਂਬਰਾਂ ਦੇ ਵਿੱਚ ਬਹੁਤ ਕੁਛ ਵਾਪਰਿਆ, ਕਿਉਂਕਿ ਜੀ ਨਹੀਂ ਬਚੇ। ਉਹ ਜਦੋਂ ਉਹ ਘਟਨਾਵਾਂ ਵਾਪਰੀਆਂ, ਉਹਨਾਂ ਘਟਨਾਵਾਂ ਨੇ ਮੇਰਾ ਮਨ ਫਿਰ ਬਦਲ ਦਿੱਤਾ। ਇਹ ਮੇਰਾ ਮਨ ਫਿਰ ਇੱਧਰ ਹੀ ਹੋ ਗਿਆ ਕਿ ਮਨਾ ਇੱਥੇ ਕੁਛ ਵੀ ਨਹੀਂ, ਕੋਈ ਪੈਸਾ ਨਹੀਂ, ਕੋਈ ਜਾਇਦਾਦ ਨਹੀਂ, ਇੱਥੇ ਬੜੇ ਬੜੇ ਰਾਵਣ ਵਰਗੇ ਵੀ ਤੁਰ ਗਏ ਜਿਹੜੇ ਲੰਕਾ ਦੇ ਮਾਲਕ ਸੀ, ਵੀ ਆਪਾਂ ਆਹ ਸੇਵਾ ਮਨਾ ਲੁੱਟ ਲੈ। ਉਹ ਮੈਂ ਤਾਂ ਇਸ ਕਰਕੇ ਫਿਰ ਮਨ ਇਹ ਬਣਾ ਲਿਆ, ਸਾਰੇ 1-2 ਪਰਿਵਾਰ ਦੇ ਜੀ ਬੱਚੇ ਆ ਉਹਨਾਂ ਨੂੰ ਮੈਂ ਕਹਿ ਤਾ ਵੀ ਤੁਸੀਂ ਆਪਦਾ, ਉਹ ਇੱਕ ਬੱਚੀ ਆ ਉਹ ਕਨੇਡਾ ਤੁਰ ਗਈ ਹੈ, ਅਤੇ ਮੈਂ ਕਿਹਾ ਵੀ ਮੈਂ ਗੁਰੂ ਘਰ ਨੂੰ ਦੇ ਦਿੱਤੀ ਸਾਰੀ ਜਗ੍ਹਾ, ਅਤੇ ਇਹ ਲੋਕਾਂ ਦੀ ਸੇਵਾ ਦੇ ਵਿੱਚ ਲਾ ਦਿੱਤੀ ਹੈ ਸਾਰਾ। ਇਹ ਜਿੰਨੀ ਪ੍ਰੋਪਰਟੀ ਹੈ ਮੇਰੀ, ਇਹ ਮੈਂ ਸਾਰੀ ਗੁਰੂ ਘਰ ਨੂੰ ਦੇ ਦਿੱਤੀ, ਇਹ ਮੈਂ ਗੁਰੂ ਘਰ ਬਣਾ ਦਿੱਤਾ, ਬੂਟਾ ਇੱਕ ਲਾ ਦਿੱਤਾ, ਉਹ ਹੁਣ ਗੁਰੂ ਘਰ 'ਤੇ ਸਾਰਾ ਕੁਛ ਬਣ ਗਿਆ, ਸਰਾਂ ਬਣ ਜੂਗੀ, ਅਤੇ ਆਪ ਕਿਹੜਾ ਬਹਿ ਰਹਿਣਾ, 4 ਭਰਾ ਸੀ, 3 ਤੁਰ ਕੇ ਮੈਂ ਰਹਿ ਗਿਆ। ਅਤੇ ਮੈਂ ਇਸੇ ਕਰਕੇ ਇਹ ਹੈ ਵੀ ਮੈਂ ਆਪਦੇ ਹੁੰਦੇ ਹੁੰਦੇ ਸਾਰਾ ਕੁਛ ਗੁਰੂ ਨੂੰ ਸਮਰਪਿਤ ਕਰਤਾ। ਹਾਂ, ਇਹ ਮਨ ਬਦਲ ਗਿਆ ਬਾਅਦ 'ਚ, ਮਨ ਦੂਜੇ ਪਾਸੇ ਉੱਧਰੋਂ ਇੱਧਰੋਂ ਬੁੱਲਿਆ, ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਅਤੇ ਇੱਧਰ ਲਾਉਣਾ, ਇਹ ਹੈ ਤਾਂ ਮਨ ਹੀ ਨਾ ਸਾਰਾ ਕੁਛ। ਆਪਾਂ ਜੇ ਇਹੀ ਦਿਮਾਗ ਪੋਲੀਟਿਕਸ ਵਾਲੇ ਪਾਸੇ ਪੈ ਜੇ, ਉਹੋ ਜਿਹੀਆਂ ਸ਼ਰਾਰਤਾਂ ਸੁੱਝੀ ਜਾਣਗੀਆਂ ਵੀ ਲੋਕਾਂ ਨੂੰ ਮੂਰਖ ਕਿਵੇਂ ਬਣਾਉਣਾ। ਇਹੀ ਦਿਮਾਗ ਬਿਜ਼ਨਸ ਵਾਲੇ ਪਾਸੇ ਤੁਰ ਪਏ ਤਾਂ ਉਹ ਸਾਰਾ ਦਿਨ ਜਰਬੰਦ ਕਸੀਮਾਂ ਇਹ ਹੋ ਹੀ ਜਾਣਗੀਆਂ। ਹਾਂ, ਫਿਰ ਬੰਦਾ ਉੱਧਰ ਨੂੰ ਗਰੋਥ ਕਰਦਾ ਜਾਊਗਾ। ਇਹੀ ਦਿਮਾਗ ਜੇ ਅਧਿਆਤਮਕ ਵਾਲੇ ਪਾਸੇ ਤੁਰ ਪਏ ਤਾਂ ਫਿਰ ਉੱਧਰ ਨੂੰ ਤੁਰਿਆ ਜਾਂਦਾ। ਇਹ ਜਿਵੇਂ ਆਈਨਸਟਾਈਨ ਨੇ ਕਿਹਾ ਸੀ ਵੀ ਇਹ ਥਿਊਰੀ ਹੈ ਜੀ,
उन्होंने आपकी थॉट एक्सपेरीमेंट के नाल ही सारा कुछ पता कर लिया। बाबे उन्हां दी पदार्थ नूं खोजण दी सी, बाबे नानक दी सी जिहड़ी उह अध्यात्मक नूं खोजण दी सी। ਤੇ ਮਨ ਹੈ, ਮਨ ਉਧਰੋਂ ਪੁੱਟ ਲਿਆ। ਹੁਣ ਉਹ ਸਾਰੇ ਮਤਲਬ ਵੀ ਜਿਹੜਾ ਸਿਸਟਮ ਸੀ ਦੁਨੀਆਦਾਰੀ ਦਾ ਉਧਰੋਂ ਪੱਟ ਕੇ ਹੁਣ ਇੱਧਰ ਲਾ ਦਿੱਤਾ ਹੈ। ਬਾਬੇ ਨਾਨਕ ਕੋਲ ਇੱਕੋ ਹੀ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਹੁਣ ਇੱਥੇ ਹੀ ਲਾਈ ਰੱਖ ਮਨ ਨੂੰ। ਹਾਂ, ਅਤੇ ਉਹ ਆਪਦਾ ਜਿਹੜਾ ਅਸੀਂ ਇਹ ਮਿਸ਼ਨ ਚਲਾਇਆ ਅਤੇ ਮਹਾਰਾਜ ਨੂੰ ਇਹੀ ਅਰਦਾਸ ਕਰਦੇ ਹਾਂ ਵੀ ਸੱਚੇ ਪਾਤਸ਼ਾਹ ਕਾਮਯਾਬੀ ਦੇ, ਲੋਕਾਂ ਦੀ ਸੇਵਾ ਕਰਦੇ ਰਹੀਏ। ਤੁਸੀਂ ਗੁਰਦੁਆਰੇ ਨੂੰ ਤੁਸੀਂ ਜਗ੍ਹਾ ਦਿੱਤੀ, ਸਰਬੱਤ ਦਾ ਭਲਾ ਗੁਰਦੁਆਰਾ, ਉਸ ਗੁਰਦੁਆਰਾ ਸਾਹਿਬ ਦਾ ਨਾਮ ਹੈ, ਉਹਦੇ ਵਿੱਚ ਤੁਸੀਂ ਟਰੱਸਟੀ ਵੀ ਹੋ ਜਾਂ ਬਸ ਸੇਵਾਦਾਰੀ ਹੋ? ਨਹੀਂ, ਹੁਣ ਦੇਖੋ ਗੱਲ ਇਹ ਹੈ ਕਿ ਮੈਂ ਥੋੜ੍ਹਾ ਬਹਿ ਰਹਿਣਾ ਸਦਾ ਇੱਥੇ। ਹੁਣ ਮੈਂ ਇਹ ਸੋਚਣ 'ਤੇ ਲੱਗਿਆ ਵੀ ਬਣਾਉਣਾ ਟਰੱਸਟ, ਅਤੇ ਟਰੱਸਟ ਬਣਾਉਣ ਦੇ ਵਿੱਚ ਹੁਣ ਉਹ ਵਾਚ ਕਰੀ ਜਾਂਦਾ ਸਾਰਾ ਕੁਛ ਵੀ ਟਰੱਸਟ ਦਾ ਮੈਂਬਰ ਲੈਣਾ ਕਿਹਨੂੰ ਲੈਣਾ ਹੈ। ਆਫਟਰ ਆਲ ਤਾਂ ਇਹ ਪ੍ਰੋਪਰਟੀ ਟਰੱਸਟੀ ਮੈਂਬਰਾਂ ਦੀ ਹੋ ਜਾਵੇ ਨਾ, ਟਰੱਸਟ ਦੀ ਹੋ ਜਾਣੀ ਹੈ। ਇਹ ਬਹੁਤ ਜ਼ਰੂਰੀ ਆ, ਉਹ ਆਵਾਜ਼ ਕਰੀ ਜਾਂਦੇ ਆ। ਆਵਾਜ਼ ਕਰਕੇ ਉਹ ਮੈਂ ਹੁਣ ਸੋਚੀ ਜਾਂਦਾ ਵੀ ਜਲਦੀ ਬਣਾ ਲਊ ਟਰੱਸਟ। ਟਰੱਸਟ ਬਣਾ ਕੇ ਅਤੇ ਉਹ ਆਪਦੇ ਹੁੰਦੇ ਹੁੰਦੇ ਸਾਰਾ ਕੁਛ ਉਹ ਇੱਕ ਮਜ਼ਬੂਤ ਟਰੱਸਟ ਬਣਾ ਦੇਣਾ ਵੀ ਜਿਹਦੇ ਨਾਲ ਕਿਸੇ ਕਿਸਮ ਦੀ ਕੋਈ ਉਹ ਨਾ ਹੋਵੇ। ਵੱਡੇ ਵੱਡੇ ਵਕੀਲਾਂ ਦੀ ਵੀ ਸਲਾਹ ਲਈ ਜਾਂਦਾ, ਹੋਰ ਜਿਹੜੇ ਵੱਡੇ ਵੱਡੇ ਦਾਨੀ ਸੱਜਣ ਹੈ ਜਾਂ ਵੱਡੇ ਵੱਡੇ ਜਿਹੜੇ ਨਿਰੋਲ ਸੇਵਾ ਭਾਵਨਾ ਨੂੰ ਸਮਰਪਿਤ ਹੁੰਦੇ ਹੈ ਉਹਨਾਂ ਨੂੰ ਵੀ ਵਿੱਚ ਐਡ ਕਰਕੇ ਅਤੇ ਇੱਕ ਟਰੱਸਟ ਬਣਾ ਦਿਆਂਗੇ। ਫਿਰ ਇਹ ਕਿਸੇ ਦਾ ਕੋਈ ਇੱਥੇ ਲੱਖਾ ਨਹੀਂ ਰਹੂ, ਆਪੇ ਵਧੀ ਫੁੱਲੀ ਜਾਊਗਾ। ਟਰੱਸਟ ਜਲਦੀ ਬਣਾ ਲਓ। ਹੁਣ ਤੁਸੀਂ ਜਦੋਂ ਇਹ ਲੰਗਰ ਸ਼ੁਰੂ ਕੀਤਾ ਸੀ, ਕੁਝ ਕੁ ਲੋਕਾਂ ਨੂੰ ਤੁਸੀਂ ਮਤਲਬ ਵਰਤਾਉਂਦੇ ਸੀ ਉਦੋਂ ਤਾਂ ਸ਼ੁਰੂਆਤ ਦੇ ਵਿੱਚ, ਅਤੇ ਅੱਜ ਜਿਹੜੀ ਹੈ ਇਹਦੀ ਗਿਣਤੀ ਤੁਸੀਂ ਮੈਨੂੰ ਦੱਸ ਰਹੇ ਸੀਗੇ ਵੀ 5000 ਲੋਕਾਂ ਨੂੰ ਤੁਸੀਂ ਤਕਰੀਬਨ ਰੋਜ਼ ਲੰਗਰ ਛਕਾਉਂਦੇ ਹੋ, ਚਾਹ ਪਾਣੀ ਅਤੇ ਦੁੱਧ ਅਤੇ ਦਲੀ ਦੀ ਸੇਵਾ, ਅਤੇ ਇਹਦੇ 'ਤੇ ਜਿਹੜਾ ਖਰਚਾ ਹੈਗਾ ਰੋਜ਼ ਦਾ ਖਰਚਾ ਕਿੰਨਾ ਆ ਜਾਂਦਾ ਬਾਬਾ ਜੀ? ਰੋਜ਼ ਦਾ ਖਰਚਾ ਤਾਂ ਹੁਣ ਬਹੁਤ ਹੈ ਬੀਬੀ, 25-30 ਹਜ਼ਾਰ ਦੇ ਕਰੀਬ ਹੋ ਜਾਂਦਾ, ਉੱਤੀ ਤੁਰ ਜਾਂਦਾ। ਪਰ ਜਿੰਨਾ ਚਿਰ ਤਾਂ ਵੇਖੋ ਅਸੀਂ ਸੱਜਾ ਖੱਬਾ ਕਰਦੇ ਰਹੇ, ਆਪਦੀ ਵੀ ਪ੍ਰੋਪਰਟੀ, ਆਪਦਾ ਵੀ ਲੱਗਾ ਬਹੁਤ ਕੁਛ, ਅਤੇ ਕੋਈ ਸੱਜਣ ਜਿਹੜੇ ਜਾਣੂ ਸੀ ਉਹ ਵੀ ਕਰਦੇ ਰਹੇ ਹੈ। ਉਦੋਂ ਬਾਅਦ ਜਿਵੇਂ ਇਹ ਤਾਂ ਕਾਰਵਾਂ ਵੱਧਦਾ ਤੁਰਿਆ ਜਾਣਾ। ਇਹ ਤਾਂ ਮੇਰੇ ਅੰਦਾਜ਼ੇ ਮੁਜਬ ਜਦੋਂ ਇਹ ਪੂਰਾ ਹਸਪਤਾਲ ਚੱਲ ਪਿਆ ਨਾ, 24 ਘੰਟੇ ਚੱਲ ਪਿਆ, ਇੱਥੇ 25-30 ਹਜ਼ਾਰ ਤੋਂ ਲੈ ਕੇ 40-50 ਹਜ਼ਾਰ ਦੇ ਕਰੀਬ 24 ਘੰਟਿਆਂ 'ਚ ਲੋਕ ਭੋਜਨ ਛਕਿਆ ਕਰਨਗੇ। ਅਤੇ ਫਿਰ ਇਹ ਇਲਾਕੇ ਨੂੰ ਸਾਂਭਣਾ ਪੈਣਾ। ਇਹ ਹੁਣ ਮੇਰਾ ਇਕੱਲੇ ਦਾ ਕਾਜ ਹੈ ਨਹੀਂ, ਇਹ ਜਿਹੜੀ ਬਠਿੰਡਾ ਏਰੀਆ ਦੀ ਸੰਗਤ ਹੈ, ਬਠਿੰਡੇ ਜ਼ਿਲ੍ਹੇ ਦੀ ਸੰਗਤ ਹੈ, ਇਹ ਉਹਨਾਂ ਦਾ ਕਾਜ ਬਣ ਗਿਆ। ਹੁਣ ਉਹਨਾਂ ਨੂੰ, ਹੁਣ ਸਾਰਿਆਂ ਨੂੰ ਮੈਂ ਬੇਨਤੀ ਇਹ ਕਰਦਾ ਵੀ ਮੇਰੇ ਨਾਲ ਜੁੜਦੇ ਵੀ ਬਹੁਤ ਜਾਂਦੇ ਹੈ, ਬਹੁਤ ਪਿੰਡਾਂ ਤੋਂ ਲੋਕ ਜੁੜਦੇ ਜਾਂਦੇ ਹੈ, ਵੀ ਸਾਰਿਆਂ ਨੂੰ ਬੇਨਤੀ ਹੈ ਵੀ ਹਰ ਪਿੰਡ 'ਚੋਂ ਇੱਕ ਇੱਕ ਦੋ ਦੋ ਤਾਂ ਬੱਚੇ ਨੌਜਵਾਨ ਆ ਜਿਹੜੇ ਉਹ ਮੇਰੇ ਨਾਲ ਜੁੜਨ, ਤਾਂ ਕਿ ਇਹ ਜਿਹੜੇ ਦੂਰੋਂ ਦੂਰੋਂ ਲੋਕ ਆਉਂਦੇ ਨੇ ਉਹਨਾਂ ਦੀ ਅਸੀਂ ਪੂਰੀ ਪਰਵਰਿਸ਼ ਅਤੇ ਪੂਰਾ ਉਹਨਾਂ ਦਾ ਖਾਣਾ ਦਾਣਾ ਕਰ ਲਈਏ, ਉਹਨਾਂ ਨੂੰ ਛਕਾ ਸਕੀਏ। ਇਹ ਨਾਂ ਜਿਹੜਾ ਇਹ ਇਕੱਲਾ ਕੋਈ ਸ਼ਵੇਕ ਸਿੰਘ ਦਾ ਨਹੀਂ, ਇਹ ਬਾਬੇ ਨਾਨਕ ਦੀ ਉਲਫਤ ਹੈ, ਗੁਰੂ ਘਰ ਦੀ ਉਲਫਤ ਹੈ, ਗੁਰੂ ਘਰ ਦੇ ਨਾਲ ਨਾਲ ਪੰਜਾਬੀਆਂ ਦੀ ਉਲਫਤ ਹੈ। ਹੁਣ ਇੱਥੇ ਇੱਕ ਸਾਰੇ ਆਲ ਇੰਡੀਆ ਦੀ ਇਮਜ ਹਸਪਤਾਲਾਂ ਦੇ ਵਿੱਚ ਉਹ ਡਾਕਟਰੀ ਇੰਸਟਰੂਮੈਂਟ ਨਹੀਂ ਹੁੰਦੇ, ਡਾਕਟਰੀ ਕਲਪੁਰਜੀ, ਉਹ ਸਪਲਾਈ ਕਰਦੇ ਆ। ਉਹ ਬੰਦਾ ਇੱਕ ਆ ਗਿਆ, ਉਹ ਇੱਥੋਂ ਆ ਕੇ ਉਹਨੇ ਇੱਥੇ ਜਦੋਂ ਵੇਖਿਆ ਚਾਰ ਚੁਫੇਰੇ ਖਾਣ ਪੀਣ ਨੂੰ ਕੁਛ ਨਹੀਂ, ਇੱਥੋਂ ਵਧੀਆ ਉਹਨੇ ਲੰਗਰ ਛਕਿਆ, ਚੰਗੀ ਪੀਤੀ ਚਾਹ, ਮੁੜ ਕੇ ਮੈਨੂੰ ਮਿਲਿਆ ਕਿ ਬਾਬਾ ਜੀ ਕਿਹੜੇ ਆ ਮਿਲਾਓ, ਮੈਨੂੰ ਮਿਲਿਆ, ਮੈਨੂੰ ਆਉਂਦਾ ਜੀ ਮੈਂ ਆਲ ਇੰਡੀਆ ਦੇ ਹਸਪਤਾਲਾਂ ਏਮਜ ਹਸਪਤਾਲਾਂ 'ਚ ਜਾਂਦਾ, ਕਿਤੇ ਆਉਂਦਾ ਪਾਣੀ ਦਾ ਘੁੱਟ ਨਹੀਂ ਮਿਲਦਾ, ਉਹ ਵੀ 10 ਰੁਪਈਆਂ ਦਾ ਇੰਨਾ ਕੁ ਮਿਲਦਾ ਉਹ ਕੁਆਟਰ ਜਿਹਾ ਜਿਹੜਾ ਹੁੰਦਾ। ਇੱਥੇ ਆਇਆ ਤਾਂ ਸਾਰਾ ਕੁਛ ਹੀ ਫ੍ਰੀ ਮਿਲੀ ਜਾਂਦਾ, ਠੰਡਾ ਪਾਣੀ ਵੀ ਫ੍ਰੀ ਮਿਲਦਾ ਪਿਆ, ਚਾਹ ਵੀ ਤੜਕੇ ਤੋਂ ਲੈ ਕੇ ਸ਼ਾਮ ਤੱਕ ਆਉਂਦਾ ਚਾਹ ਪੀ ਜਾਂਦੇ ਹਾਂ, ਲੰਗਰ ਵੀ ਵਧੀਆ ਖਾਧਾ ਅਤੇ ਦਿੱਤਾ ਕੁਛ ਵੀ ਨਹੀਂ। ਮੈਂ ਕਿਹਾ ਜੀ ਇਹਦੇ ਨਾਲ ਵੇਖੋ ਸਾਰੇ ਪੰਜਾਬ ਦੀ ਉਲਫਤ ਹੋਈ ਨਾ, ਪੰਜਾਬੀਆਂ ਦੀ ਉਲਫਤ ਹੋਈ, ਵੀ ਇੱਕ ਬਠਿੰਡੇ ਦਾ ਇਮਜ ਇਹੋ ਜਿਹਾ ਜਿੱਥੇ, ਹਾਂ ਪੰਜਾਬੀਆਂ ਦੀ ਵਡਿਆਈ ਹੋਈ ਹੈ ਵੀ ਜਿੱਥੇ ਭਾਈ ਉਹ ਇਮਜ ਇਹੋ ਜਿਹਾ ਜਿੱਥੇ ਇਕੱਲੇ ਦਵਾਈ ਦੇ ਪੈਸੇ ਲੱਗਣਗੇ, ਨਾ ਖਾਣੇ ਦੇ ਲੱਗਣ, ਨਾ ਸੌਣ ਬਹਿਣ ਦੇ ਲੱਗਣ, ਨਾ ਨਹਾਉਣ ਧੋਣ ਦੇ ਲੱਗਣ, ਨਾ ਰੋਟੀ ਪਾਣੀ ਦੇ ਲੱਗਣ, ਉਹ ਤਾਂ ਸਾਰਾ ਕੁਛ ਫ੍ਰੀ ਹੈ। ਅੱਛਾ ਬਾਬਾ ਜੀ, ਇੱਥੇ ਤੁਸੀਂ ਦੱਸੋ ਵੀ ਹਸਪਤਾਲ ਦੇ ਵਿੱਚ ਕੋਈ ਕੈਫੇਟੇਰੀਆ ਜਾਂ ਕੋਈ ਹੋਰ ਇੱਥੇ ਖਾਣ ਪੀਣ ਦਾ ਪ੍ਰਬੰਧ ਹੋਰ ਹੈਗਾ ਇਸ ਤੋਂ ਇਲਾਵਾ?
एक जी इत्थे अमूल दा खोखा लगा, वो खोखा जिन्ना चिर साडा लंगर चलदा उन्ना चिर तां उन्हां कोल जांदा कोई नहीं। हाँ, उन्होंने कई बार वो बेचारे वो डायरैक्टर साहब ने भी कहिंदे जी लंगर थोड़ा जिहा आसे पासे करा दिओ ते साडा और किराया भी नहीं निकलता। वो आंदे भी ये तो गुरु का लंगर है, आप पासे आसे हो सकते हो, ये तो जिथा जहाँ लग गया लग गया। आ कैफेटेरिया अजे तक वेला ही पिया है जी, इत्थे पता नहीं कोई ठेका होया नहीं कि की गल है कि लैंदा कोई नहीं कि इहदी कॉस्ट टेंडर ज़्यादा है ते उन्ना इन्ना नहीं मैनू पता भी काफ़ी कॉस्ट है भी हो सकता है। वेखो गल एक है जिथे कमाई होवे उत्थे तो दुनिया उल्ट उल्ट डिगदी है, इहदा मतलब इहदी कॉस्ट इन्नी ज़्यादा होनी है ते व्यापारी लोग इह पड़ता लाउंदे होणगे भी ये आपां नूं इत्थे लै के इत्थे गुरु का लंगर चलदा भी अपना खर्चा निकलना नहीं, इस करके वेला पिया है। हाँ, नहीं चढ़ता होना, दो साल छे महीने हो गए बने नूं जी इहनूं, हजे तक कंटीन ठेके ते नहीं चढ़ी। हुण शाम नूं गल एक है भी डायरैक्टर साहब दिल्ली गए, उत्थे इन्हां डॉक्टरां दी मंग कीती, उन्हां ने अगो क्वेश्चन पुट कीता होना भी उत्थे अजे कंटीन बनाउणी है जिहड़ा मरीजां नूं खाणा दाणा देणा, ते उन्होंने ये डायरैक्टर साहब कहिंदे उल्टा जी टेंशन ना लो तुसी, मरीजां नूं दूध मिलता दलिया मिलता खाना मिलता गुरद्वारा बगल में बन गया उहदे कुछ नहीं, किसी नूं कोई किस्म की चिंता नहीं, तुसी सानू डॉक्टर दिओ ते बाकी चिंता छड्ड दिओ, वो गुरद्वारे वालेयां नूं असीं आख्या आपे आपे सांभणगे, ते सांभदे आ जी सारा कुछ। मैं एक गल चलो कोई माण नहीं ये असीं कहने भी जो भोजन असीं मरीजां नूं दे देना, हुण दलिया आउंदा मैनू भी पता भी ये दलिया किहो जिहा कंटीन वाले बना के मरीजां नूं देणगे, ते साडा दलिया भी उहनां तों पुछ के आओ भी दलिया आउंदा, ते मरीज चाह ना कहिंदे ने बाबिआं दा दलिया लिओ असीं खाणा है, क्यों उहदे विच असीं घट्टो घट्ट उन्ना पाणी पा लैणा उन्ना दुद्ध पाउणा फिर उहने कढ़ी जाणा उहदा खोए वर्गी विचों वासना आउंदी उहदे, पूरा वधिया पूरा वधिया भोजन बना के दिंदे आ जी। आ साडा भोजन है जिहड़ा जिहड़े लोग खाण आउंदे ने कोई तां ही आउंदे आ दुबारे दुबारे, जे असीं पूरी तनदेही नाल ते पूरा फर्स्ट क्लास रिच फूड लैके आउंदे आ। मैं सुणिआ वी तुसीं कोई शैल्टर वी सोच रहे सीगे वी इक शैल्टर बनाया जावे जिहड़े इत्थे मरीज़ां दे नाल उहनां दे अटेंडेंट्स जिहड़े आउंदे आ वी उहनां नूं रहिण दा काफ़ी औखियाई उहनां नूं आउंदी इहदे विच, क्योंकि हजे हस्पताल दे विच वी कोई उहदा खास प्रबंध नहीं है अटेंडेंट्स दे रहिण दा। मेरी जी गल है भी सारी दुनिया नू सिख संगत नू पंजाबियों नू सारी मेरी अपील है ये भी वेखो नाइट शैल्टर हुण असीं इक बनाउणा पहला बनावांगे असीं शैड, उस तो बाद मेरी ये तमन्ना है भी बाबे नानक नू समर्पित 550 साल असीं मनाया है ना, ते 550 कमरे दी सरां दा नींह पत्थर महीना डेढ़ नू असीं इत्थे आपदा फंक्शन करके रख देनी है। वड्डी गल तां बीबी जगह दी प्रॉब्लम दी हुंदी है कि जगह साडे कोले फालतू पई है इत्थे बिल्कुल नाल पई है, हाँ जी हाँ जी 3-4 एकड़ जगह बहुत हुंदी है जी, वो सरां तां 3-4 कनालां च बन जानी 5-6 मंजिली बना देंगे भी वो हुण वो लोगों के सहयोग नाल बननी है। हुण जी कहे भी बाबा शबेक सिंह ही सारा कुछ करेगा, वो तो करोड़ों का बजट है जी, 5-7 करोड़ का बजट हैगा, वो कोई नहीं। मैं तो ये गल कहनी है सारे सारे ये बेनती करदा भी वेखो दान 1 रुपया भी तो दान 1 लाख रुपया भी उहदी वैल्यू तो बराबर है ना, कोई 1 रुपया देने वाला कोई 1 लाख देने वाला। मैं तो ये कहना भी सारे 10-10, 20-20 रुपये पाओ, आप बड़े तो किसी तो लेना ही की है भी 10-10, 20-20 रुपये पा के सारिआं दा हिस्सा पै जी, तो बाबे नानक दे घर दी इक संध है बाबे नानक दा घर बन जी, उत्थे किसी ने वेखना भी आ मुसलमान है आ दलित है आ उच्ची श्रेणी दा ब्राह्मण आ जट है, किसी ने वेखना कमरा देन लग्या सब नूं इक्को जिहा भोजन मिलना सब नूं इक्को जिहा कमरा मिलना सब नूं इक्को जिहा मिलेगा। हाँ जी एक नूर ते सब जग पचा कौन भले को मंदे, हाँ भी ये गुरु घर दे विच कोई दरियावत नहीं, तो मैनू ये है भी आपां नूं इत्थे कोई ये नहीं भी पैसे दा कमाई दा कुछ भी नहीं, सारा कुछ समाज नूं दे के जाना
गुरु घर बन गया। गुरु घर साहब का सांझा है, चाहे कुछ भी हो जो इतने हूँ हरेक लोग कहते हैं भी गुरु घर के बाबा जी असी लंगर की सेवा लैनी है, असी लंगर की सेवा लैनी है। किसी का घर तो होंगे घर, तो गुरु का घर हरेक का आपका घर होंगे। उत्थे जाके कदे अपन लग्या हरेक नूं यह होंगे भी मैं आपके गुरु के घर आया। उत्थे किसी का किसी नूं भौ नहीं होंगे, कोई रोक नहीं, कोई टोक नहीं, कोई कुछ नहीं। इस करके कहना मैं मेरी इलाके की संगत नूं बेनती है भी साढ़े नाल जुड़ो। असी समाज नूं मैं बहुत वधिया गिफ्ट दे के आपां जावां, आ बेनती है साड़ी। हुण भी बहुत भला काम कर रहे हो जी, नहीं तो एक होर खास गल मैं दसना चाहनी हूँ थोनू। अंकल जी दिख चाहे सिंपल है पर इन्हां दे बारे मैं दसना चाहनी। अंकल बेसिकली इकोनोमिस्ट ने, अंकल मास्टर्स इन इकोनोमी दे विच है। जो असीं पहला गल कर रहे सी तां उदों ही मैनूं पता लग्गिया, अज ही इन्हां नूं मतलब मिली तां मैं पहला भी अंकल नूं एक दो वारी, पर अज मैनूं इह गल दा पता लग्गिया। मैं इन्हां दा कुर्ते पजामे दा रंग देख के मैं कहा अंकल चोले वर्गा रंग पाया होया, जिवें बाबे साधु चोला पाउंदे ने, ते वी तुसीं किवें इह पाया होया? तां कहिंदे वी मैं कोई इस तरह नहीं, मैं इंडस्ट्रियलिस्ट हैगा बेसिकली और नाल ही इकोनोमिस्ट हाँ। तां इत्थे इकोनोमिस्ट भी बहुत होणगे, इंडस्ट्रियलिस्ट भी बहुत होणगे, पर बाबा शबीक सिंह जी एक कल्ले अजिहे बंदे ने जिन्हां ने ये नेक उपराला जिहड़ा है इसकी शुरुआत की। एम्स हस्पताल दे विच एड्डा वड्डा हस्पताल, अज जे इत्थे हर रोज़ 5,000 बंदा आउंदा, तां आउण वाले समें दे विच इहदी गिनती वधनी है, घटनी नहीं हैगी, हज़ारां दे विच होएगी, होर भी हज़ारां दे विच हो जाएगी। और इन्हां वल्लों हुण बहुत ही जल्द जिहड़ा हैगा नाइट शैल्टर मरीज़ां दे नाल जिहड़े अटेंडेंट्स होंदे आ उन्हां दे लई नाइट शैल्टर दी जिहड़ी है वह उसकी नींव रखी जाएगी। और 550 जिहड़े कमरे ने उहदे विच बनाए जाणगे। 550 साल असी मना के हटे हाँ गुरु नानक देव जी दे, उसनों समर्पित जिहड़ा हैगा वह नाइट शैल्टर होएगा और अटेंडेंस के लिए होएगा, जो अटेंडेंट्स इतने मरीजों के नाल आते हैं। तो अंकल ने जिहड़ा हैगा वो अपील भी की है साढ़े कैमरे राही कि जिहड़े लोग ने जिहड़ियां संगतां ने वो वध चढ़ के जिहड़ा हैगा इहदे विच हिस्सा लैन, अपना योगदान पाउण। असीं हस्पतालां दे विच या होर थावां ते बथेरा पैसा ला दिंदे आ, पर जिहड़ा चंगा कार्ज है उहदे विच असीं थोड़ा झिझक जाने आ। ਤੁਸੀਂ ਕਿੰਨਾ ਵੀ ਡੋਨੇਟ ਕਰ ਸਕਦੇ ਹੋ, ਜ਼ਰੂਰੀ ਨਹੀਂ ਹੈ ਕਿ ਤੁਸੀਂ ਲੱਖਾਂ ਰੁਪਇਆ ਡੋਨੇਟ ਕਰਨਾ ਹੈ। ਜੇ ਤੁਸੀਂ 10 ਰੁਪਏ ਵੀ ਡੋਨੇਟ ਕਰ ਸਕਦੇ ਹੋ ਤਾਂ ਉਹਦਾ ਵੀ ਜਿਹੜਾ ਮੁੱਲ ਹੈ ਉਹਦੀ ਵੀ ਵੈਲਿਊ ਹੈ। ਤਾਂ ਮੇਰੀ ਇਹੀ ਅਪੀਲ ਹੈ ਤੁਹਾਨੂੰ ਕਿ ਜਿੱਥੇ ਤੱਕ ਵੀ ਲੋਕ ਇਹ ਵੀਡੀਓ ਦੇਖ ਰਹੇ ਨੇ, ਸਾਨੂੰ ਸੁਣ ਰਹੇ ਨੇ, ਉਹ ਜ਼ਰੂਰ ਬਾਬਾ ਲੰਗਰ ਜੀ ਦਾ, ਬਾਬਾ ਸ਼ਬੀਕ ਸਿੰਘ ਜੀ ਦਾ ਜਿਹੜਾ ਸਾਥ ਹੈ ਇਸ ਨੇਕ ਉਪਰਾਲੇ ਦੇ ਵਿੱਚ ਦੇਣ।